ਪਟਿਆਲਾ ਵਿੱਚ ਇੱਕ ਸਿੱਖ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਉਸਦੇ ਕਕਾਰਾਂ ਦੀ ਬੇਅਦਬੀ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਗਰਮਾ ਗਿਆ। ਸਿੱਖ ਜਥੇਬੰਦੀਆਂ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇੱਕ ਸਿੱਖ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਉਸਦੇ ਕਕਾਰਾਂ ਦੀ ਬੇਅਦਬੀ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਟਿਆਲਾ ਵਿੱਚ ਸਿੱਖ ਜਥੇਬੰਦੀਆਂ ਨੇ ਇਸ ਦਾ ਗੰਭੀਰ ਨੋਟਿਸ ਲਿਆ। ਯੂਨਾਈਟਿਡ ਸਿੱਖ ਪਾਰਟੀ ਦੇ ਆਗੂਆਂ ਨੇ SSP ਪਟਿਆਲਾ ਨੂੰ ਦਿੱਤੇ ਮੰਗ ਪੱਤਰ ਵਿੱਚ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਪਟਿਆਲਾ SSP ਸ਼ਹਿਰੀ ਦਾ ਕਹਿਣਾ ਸੀ ਕਿ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਅਤੇ ਛੇਤੀ ਹੀ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਅਰਾਊਂਡ 3 ਦਿਨਾਂ ਪਹਿਲਾਂ ਜੀ ਗੁਰਬਖਸ਼ ਕਲੋਨੀ PS ਲਾਹੌਰੀ ਗੇਟ ਪਟਿਆਲਾ 'ਚ ਇੱਕ ਕੁੱਟਮਾਰ ਦੀ ਵਾਰਦਾਤ ਹੋਈ ਸੀ, ਜਿਹਦੇ 'ਚ ਇੱਕ ਕਿਰਾਏਦਾਰ ਸਿੱਖ ਨੌਜਵਾਨ ਨੂੰ ਮਕਾਨ ਮਾਲਕ ਨੇ ਕਾਫੀ ਕੁੱਟਮਾਰ ਕੀਤੀ ਸੀ ਅਤੇ ਉਹਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਹਦੇ 'ਚ ਸਿੱਖ ਨੌਜਵਾਨ ਦੇ ਉਹਨੂੰ ਕੁੱਟਦੇ ਹੋਏ ਦਿਸਦੇ ਆ, ਉਹਦੇ ਕੇਸਾਂ ਦੀ ਬੇਅਦਬੀ ਕਰਦੇ ਹੋਏ ਉਹ ਬੰਦਾ ਦਿਸਦਾ ਆ। ਪ੍ਰੋਪਰ ਇਨਵੈਸਟੀਗੇਸ਼ਨ ਤੋਂ ਬਾਅਦ ਕੱਲ੍ਹ ਅਸੀਂ ਇਹ ਕੇਸ ਰਜਿਸਟਰ ਕਰ ਲਿਆ ਆ। FIR ਨੰਬਰ 149 ਹੈਗੀ ਆ 2019 ਦੀ ਲਾਹੌਰੀ ਗੇਟ ਥਾਣੇ ਦੀ, ਅੰਡਰ ਸੈਕਸ਼ਨ 295A 323 341 148 149 IPC, ਅਤੇ ਇਹਦੇ 'ਚ ਜਿਹੜਾ ਐਕਿਊਜ਼ਡ ਆ ਵਿੱਕੀ ਅਤੇ ਜਿਹੜਾ ਇਹਦੇ 'ਚ ਮੁੰਡਾ ਸੀ ਜਿਹਦੀ ਕੁੱਟਮਾਰ ਹੋਈ ਸੀ ਉਹਦਾ ਨਾਮ ਗਗਨਦੀਪ ਹੈਗਾ ਹੈ, ਅਤੇ ਇੱਕ ਯੂਨਾਈਟਿਡ ਸਿੱਖ ਫੈਡਰੇਸ਼ਨ ਜਥੇਬੰਦੀ ਦਾ ਡੈਲੀਗੇਸ਼ਨ ਵੀ ਸਾਨੂੰ ਮਿਲਿਆ ਸੀ। ਅਸੀਂ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਬਣਦੀ ਧਰਾਵਾਂ ਦੇ ਅੰਦਰ ਅਸੀਂ ਇਹ ਕੇਸ ਰਜਿਸਟਰ ਕਰ ਲਿਆ। ਇਹਨਾਂ ਦੀ ਆਪਸੀ ਕਈ ਦਿਨਾਂ ਦੀ ਕੋਈ ਤੂੰ ਮੈਂ ਹੁੰਦੀ ਸੀ ਜੀ, ਅਤੇ ਉਸ ਦਿਨ ਫਾਈਨਲੀ ਲੜਾਈ 'ਚ ਕਲਮੀਨੇਟ ਕਰ ਗਈ ਸੀ। ਪਟਿਆਲਾ ਤੋਂ ਚਰਨਜੀਤ ਸਿੰਘ ਕੋਹਲੀ ਦੀ ਰਿਪੋਰਟ।